बिस्मिल्लाहिर्रहमानिर्रहीम, अस्सलाम वालेकुम फ्रेंड्स, आप देख रहे हैं टीएस नॉलेज टीवी यूट्यूब चैनल। वेलकम टू आवर यूट्यूब चैनल। दोस्तों, आज की इस वीडियो में आपको बिल्लू गुजर साहब का इंटरव्यू का आखिरी पार्ट दिखा रहे हैं। इस पार्ट में हम जानवरों के सिलेक्शन के बारे में, बिल्लू गुजर साहब के भैंसों के डाइट प्लान के बारे में, भैंस खरीदने से पहले वो किन चीज़ों को मद्देनजर रखते हैं और एक ब्रीडर की क्या खसूसियात होनी चाहिए, इस पर हमारी बात होगी। उम्मीद है वीडियो आपको पसंद आएगी। वीडियो को शुरू से लेकर एंड तक देखिएगा और बाकी दोस्तों के साथ भी लाजमी शेयर कीजिएगा। तो दोस्तों, आइए चलते हैं, आपको मिलवाते हैं बिल्लू गुजर साहब से। ये भाजी मैं दे डिपेंड करता है कि जी मैं माशाल्लाह खूबसूरत मैं होती है जी जी, तो ओ और ये हर चीज देखनी पैंदी है। कुछ चीजें दसो ना सानू, ए चीजें सी देखने हैं भाई जी। लकड़ अच्छा, लकड़ी होदी जेडी अल्लाह पाक ने स्टैंडर्ड दिता आवे। अच्छा, सिंग अच्छा, और ये बरीकी नफासत जेडी हर चीज अगो पीछे देखनी पैंदी है। अच्छा अच्छा, वेख के ਤੁਸੀਂ ਜਾਨਵਰ ਇੱਥੇ ਲੈ ਆਉਂਦੇ? ਹਾਂਜੀ, ਆਂਦੇ ਆ ਜਾਨਵਰ ਵਾੜੇ ਵਿੱਚ ਸਿੱਧਾ ਜਾ ਆਂਦੇ ਆ ਸਿੱਧੇ ਹੀ ਵਾੜੇ ਚ ਭਾਜੀ। ਕੋਈ ਅਲੱਗਾ ਪ੍ਰੋਟੋਕੋਲ? ਕੋਈ ਅਲੱਗਾ ਪ੍ਰੋਟੋਕੋਲ ਨਹੀਂ, ਵੈਕਸੀਨ ਵਗੈਰਾ ਕੁਝ ਨਹੀਂ। ਅੱਛਾ, ਤੇ ਬਾਜੀ ਥੋੜਾ ਜਿਹਾ ਆਪਣੇ ਤੁਸੀਂ ਸਾਨੂੰ ਫੀਡ ਪਲਾਨ ਦੇ ਬਾਰੇ ਦੱਸੋ, ਤੁਸੀਂ ਆਪਣੇ ਜਾਨਵਰਾਂ ਨੂੰ ਫੀਡ ਕੀ ਕਰਵਾਉਂਦੇ ਹੋ? ਫੀਡ ਭਾਜੀ ਸਵੇਰ ਨੂੰ ਮਕਈ ਤੇ ਦੋਵੇਂ ਟਾਈਮ ਵੰਡਾ। ਮਕਈ ਤੇ ਵੰਡਾ? ਹਾਂਜੀ। ਮਕਈ ਸਾਰਾ ਸਾਲ ਮਿਲ ਜਾਂਦੀ ਇੱਥੇ? ਸਾਰਾ ਸਾਲ 9-10 ਮਹੀਨੇ ਮਿਲਦੀ ਹੈ ਭਾਜੀ, ਫਿਰ ਕਣਕ। ਅੱਛਾ, ਰਵੀ। अच्छा, मतलब मौसमी जेड़ा चारा है वो देंदे? मौसमी चारा जेड़ा वो ते वंडा देंदे? हां जी, वंडा। जिस तरह दसया भाई होरा ने कि एक दो से वो बना के। हां जी हां जी जी। किन्ना वंडा देंदे हो? वंडा जिन्ना मैं खावे भाई। अच्छा अच्छा, थोड़े को गवाल दे विच सारे जानवर ने मजा गबना होके सोंदियां नहीं दंदी? कोई गबना दी की तैयारी लांदे हो भाई? ऐसी जेड़ी मैं आंदियां मैं करम वाला माल जुड़िया आवे जी जी, ते आपे मैं कढ़दियां ने, आपे सोंदियां ने, कदी किसी ने पुछया नहीं कि भाई तू कितों कढ़ना ते कितों सोना है। अच्छा, ਤੇ ਕਈ ਮਈ ਬਹੁਤੀਆਂ ਮਈ ਚੁੰਦਿਆ ਚੁੰਦੇ ਸੂ ਪੈਂਦੀਆਂ ਨੇ। ਅੱਛਾ, ਪਿੱਛੇ ਜੋ ਸੰਡੇ ਹੁੰਦੇ? ਸੰਡੇ ਵਿੱਚ ਹੀ ਹੁੰਦੇ? ਸੰਡੇ ਵਿੱਚ ਹੀ ਨੇ ਭਾਜੀ, ਨਾ ਹੀ ਕੋਈ ਪੁੱਛਣ ਵਾਲਾ, ਨਾ ਹੀ ਕੋਈ ਦੱਸਣ ਵਾਲਾ, ਆਪੇ ਹੀ ਕਰਮਾ ਲੀਆਂ ਸੂ ਪੈਂਦੀਆਂ ਨੇ, ਆਪੇ ਹੀ ਭੱਜ ਜਾਂਦੀਆਂ ਨੇ। ਅੱਛਾ, ਇੱਕ ਹੋਰ ਸਵਾਲ ਹੈ ਕਿ ਜਿਹੜੀਆਂ ਮੱਝਾਂ ਗੱਭਣਾ ਹੁੰਦੀਆਂ ਨੇ, ਗੱਭਣਾ ਹੋਣ ਤੋਂ ਬਾਅਦ ਕਿੰਨੀ ਦੇਰ ਤੱਕ ਉਹ ਮੱਝਾਂ ਦੁੱਧ ਦਿੰਦੀਆਂ ਨੇ? ਸਨੀਲੀ ਦੀਆਂ ਜਿਹੜੀਆਂ ਮੱਝਾਂ ਨੇ, ਤੁਹਾਨੂੰ ਦੱਸਿਆ ਨਾ ਭਾਜੀ ਕਿ ਅਕਸਰ ਬਹੁਤੀਆਂ ਮਈ ਸਾਡੀਆਂ ਚੁੰਦਿਆ ਚੁੰਦੇ ਸੂ ਪੈਂਦੀਆਂ ਨੇ। ਮਹੀਨਾ ਡੇਢ ਭਾਈ, ਤੇ ਜੇ ਕੋਈ ਭਾਈ ਦੀ ਵੀ ਤਾਂ ਕੋਈ ਮਹੀਨਾ ਡੇਢ ਦੋ ਬਸ। अच्छा भाजी, भाजी ਤੁਸੀਂ ਨੀਲੀ ਤੋਂ ਬੜੇ ਜਾਨਵਰ ਖਰੀਦੇ ਨੇ, ਕੁਝ ਐਸੇ ਬਲੱਡ ਲਾਈਨ, ਕੁਝ ਐਸੇ ਸ਼ੁਕੀਨਾ ਦੀਆਂ ਨਸਲਾਂ ਕਿ ਜਿਨ੍ਹਾਂ ਦੇ ਉੱਤੇ ਤੁਸੀਂ ਬੜੇ ਸੈਟੀਸਫਾਈ ਹੋ, ਤੁਹਾਨੂੰ ਪਤਾ ਚੱਲੇ ਕਿ ਯਾਰ ਇਹ ਮੱਝ ਫਲਾਣੇ ਘਰ 'ਚ ਟੁਰੀ ਹੈ ਤੇ ਇਹ ਤਾਂ ਅਸੀਂ ਲੈਣੀ ਲੈਣੀ ਹੈ, ਵੇਖਣ ਤੋਂ ਪਹਿਲਾਂ ਹੀ ਥੋੜਾ ਇਰਾਦਾ ਹੁੰਦਾ ਕਿ ਅਸੀਂ ਲੈਣੀ ਹੈ, ਉਹ ਜ਼ਰਾ ਸਾਨੂੰ ਕੁਝ ਕਰ ਦੱਸ ਦਿਓ ਕਿ ਜਿਨ੍ਹਾਂ ਦੀ ਮਿਹਨਤ ਹੈ। ਮੈਂ ਭਾਜੀ ਬਹੁਤ ਆ ਮੇਰੀ ਪਸੰਦ ਜਿਹੜੀ ਹੈ ਨਾ ਖੋਖਰ ਬਲੱਡ ਲਾਈਨ ਹੈ। ਖੋਖਰ ਬਲੱਡ ਲਾਈਨ ਤੇ ਹੋਰ ਵੈਸੇ ਮੈਂ ਚਾਰ ਚੁਫੇਰੇ ਦੀਆਂ ਮਈ ਖਰੀਦੀਆਂ ਨੇ, ਅੱਛੀਆਂ ਅੱਛੀਆਂ ਮਈ, ਮਾਸ਼ਾਅੱਲਾ ਚਾਰੇ ਪਾਸੇ ਮਜ਼ਾ ਦਿੱਤਾ ਹੈ ਜੀ ਜੀ, ਤੇ ਸਭ ਤੋਂ ਜ਼ਿਆਦਾ ਮਈ ਲਗਰੀਆਂ ਦੀਆਂ ਮਈ ਨੇ ਮੇਰਾ ਨਾਮ ਰੋਸ਼ਨ ਕੀਤਾ ਹੈ। ਲਗਰੀਆਂ? ਹਾਂਜੀ, ਖੋਖਰ ਬਲੱਡ ਹੋਤਾ ਦੇ ਥੱਲੇ ਬੈਠੇ ਨੇ ਲੰਗਰੀਏ। ਲੰਗਰੀਏ? ਹਾਂਜੀ। ਅੱਛਾ, ਕੋਟ ਬਲੋਚਾਂ ਦੇ ਨਾਲ ਜਿਹੜੇ ਲੰਗਰੀਏ ਨੇ ਉਹਨਾਂ ਦੀਆਂ ਮੱਝਾਂ ਤੁਹਾਨੂੰ ਜ਼ਿਆਦਾ ਪਸੰਦ ਨੇ? ਮੇਰਾ ਨਾਮ ਰੋਸ਼ਨ ਕੀਤਾ ਭਾਜੀ। ਖੋਖਰ ਵਾਲੀਆਂ ਮੱਝਾਂ ਲੰਗਰੀਆਂ ਵਾਲੀਆਂ ਤੇ ਦੂਜੀਆਂ ਮੱਝਾਂ ਵਿੱਚ ਫਰਕ ਕੀ ਹੈ, ਉਹ ਜ਼ਰਾ ਦੱਸੋ, ਤੁਹਾਨੂੰ ਪਸੰਦ ਕਿਉਂ ਨੇ? ਦੀ ਮੈਂ ਫਰਕ ਹੈ ਜੇ ਜਿਹੜੀਆਂ ਮੱਝਾਂ ਹੈਡਦੀਆਂ ਨੇ ਨਾ ਉਹਨਾਂ ਦਾ ਲੱਕੜ ਕਾਠ ਜਿਹੜਾ ਸੋਹਣਾ ਹੈ, ਉਹਨਾਂ ਦਾ ਸਾਂਚਾ ਜਿਹੜਾ ਹੈ ਨਾ ਮਗਰਲਾ ਜੀ ਜੀ, ਉਹ ਕਿਧਰੇ ਨਹੀਂ ਵੇਖਿਆ। ਤੇ ਜਿਹੜੀਆਂ ਹੋਤੇ ਦੀਆਂ ਨੇ ਅਸਰ ਇਹਨਾਂ 'ਚ ਵੀ ਆਇਆ ਵੇ, ਪਰ ਇਹਨਾਂ ਦਾ ਹੁਸਨਾ ਸਾਂਚਾ ਵੀ, ਪਰ ਲੱਕੜ ਜਿਹੜੀ ਹੈ ਨਾ ਲੱਕੜ ਮਗਰਲਾ ਸਾਂਚਾ ਜਿਹੜਾ ਉਹ ਜਿਸ ਤਰ੍ਹਾਂ ਕੋਈ ਅਲੋਕਾ ਡਾਈ ਨਹੀਂ ਬਣੀ ਹੁੰਦੀ ਅਲੈਦਾ ਹੀ, ਉਹ ਹੈਡ ਵਾਲੀ ਮੱਝ ਦੀ ਵੱਖਰੀ ਹੈ। ਹਾਂਜੀ, ਤੇ ਜਿਹੜੀ ਮੱਝ ਨਾ ਹੋਤੇ ਦੀ ਧਿਆਨੀਆਂ ਦੀ ਕਦੀ ਅੱਜ ਤੋਂ 30-35 ਸਾਲ ਪਹਿਲੇ ਮਸ਼ਹੂਰ ਹੋਈਆਂ, ਉਹਨਾਂ ਦੇ ਝੋਟਿਆਂ ਤੋਂ ਅੱਗੋਂ ਚੱਲਦੀਆਂ ਚੱਲਦੀਆਂ ਹਨ ਕੋਟ ਬਲੋਚਾਂ ਦੇ ਵਿੱਚ ਅੱਗੋਂ ਲੰਗਰੀਆਂ ਨੇ, ਜਿਨ੍ਹਾਂ ਨੇ ਕੇਅਰ ਕੀਤੀ ਹੈ ਨਾ, ਜਿਨ੍ਹਾਂ ਨੇ ਸ਼ਹੂਰ ਰੱਖਿਆ ਉਹ ਇਸ ਲਈ ਨਾਮ ਚ ਲੈ ਰਹੇ ਨੇ। ਹਾਂਜੀ, ਤੇ ਉਹ ਫਿਰ ਹਫਸਨ 'ਚ ਜਿਹੜੀਆਂ ਮਈ ਨੇ ਨਾ ਵੀ ਸੋਹਣੀਆਂ ਨੇ, ਐਡੀਆਂ ਹੋਤੇ ਦੀਆਂ ਨੇ, ਲੰਗਰੀਆਂ ਦੀਆਂ ਨੇ, ਕੋਟਾਂ ਦੀਆਂ ਨੇ। ਹਾਂਜੀ ਜੀ ਜੀ, ਲੱਕੜ ਜਿਹੜਾ ਸਾਂਚਾ ਹੁੰਦਾ, ਕਾਠਾ ਹੁੰਦਾ, ਮੈਂ ਤਾਂ ਮਗਰਲਾ ਕੁੱਡੇ ਪੁੱਠਾ, ਹਾਂਜੀ ਮਗਰਲੀ ਹੱਡੀ, ਹਾਂਜੀ ਉਹ ਜਿਹੜੀ ਹੈਡ ਵਾਲੀ ਮੈਂ ਵੇ ਨਾ ਉਹਦੇ ਵਰਗੀ ਘੱਟ ਹੈ ਕਿਧਰੇ। ਬੜਾ ਅਲਹਮਦੁਲਿਲਾ ਸੀ ਨਾ, ਹੈਡ ਸੁਲੇਮਾਨ ਤੋਂ ਲੈ ਕੇ ਤੇ ਹੈਡ ਲੁੱਡਣ ਤੀਕਰ ਨਹਿਰਾਂ ਦੇ ਵਿੱਚ ਹਰ ਜਗ੍ਹਾ ਫਿਰ ਲਿੱਤੀ ਹੈ, ਬਿਲਕੁਲ ਚੱਪਾ ਚੱਪਾ, ਤੇ ਉਹਦੀ ਜ਼ਾਤ ਪਾਕ ਦੀ ਮਿਹਰਬਾਨੀ ਹੈ। ਜਿਵੇਂ ਲਕਮਾਨ ਹਕੀਮ ਅੱਗੇ ਬੂਟੀਆਂ ਨਹੀਂ ਬੋਲੀਆਂ, ਤੇ ਅੱਲਾ ਪਾਕ ਦੀ ਆਸਾਨ ਹੈ ਸਾਡੇ ਤੇ, ਸਾਡੇ ਅੱਗੇ ਮੱਝਾਂ ਬੋਲੀਆਂ ਨੇ। ਅੱਛਾ ਪਾਬੀ ਨੂੰ ਤੁਹਾਡੇ ਕੋਲ ਸਵਾਲ ਇਹ ਹੈ ਕਿ ਜਿਹੜੀ ਮੱਝ ਤੁਹਾਡੇ ਕੋਲ ਸੂ ਜਾਂਦੀ ਹੈ, ਸੂਣ ਤੋਂ ਕਿੰਨੇ ਦਿਨਾਂ ਬਾਅਦ ਤੁਸੀਂ ਉਹਨੂੰ ਵੰਡਾ ਸ਼ੁਰੂ ਕਰਦੇ ਹੋ, ਤੇ ਮੱਝ ਕਿਸ ਟਾਈਮ ਤੋਂ ਬਾਅਦ ਜਿਹੜਾ ਨਾ ਸਹੀ ਦੁੱਧ ਤੇ ਆ ਜਾਂਦੀ ਹੈ ਆਪਣੇ ਤੇ? ਭਾਜੀ 5-6 ਦਿਨ ਬਾਅਦ ਅਸੀਂ ਵੰਡਾ ਸ਼ੁਰੂ ਕਰਨੇ ਆ ਮੈਂ ਦਾ। ਠੀਕ ਹੈ, ਤੇ ਤਕਰੀਬਨ ਕੋਈ 10-12 ਦਿਨ ਬਾਅਦ ਮੈਂ ਆਪਣੇ
मकाम ते आ जांदी। अच्छा एक और सवाल तुहाडे नाल कि अक्सर लोग कहंदे ने कि मज मैला ना सुटे ते दुध नहीं अच्छा करदी, कोई तुहाडे को इस तरह दे मसाइल आंदे ने, की कहंदे हो कि मज दुध चंगा कर जांदी है? जी भाजी इह गल हकीकत हैगी है कि जिन्ना तक मैं अंदरों साफ नहीं ना हुंदी उहनां तक अपने मकाम ते नहीं आउंदी। ठीक है, तुहाडे कोल सब ना पीक मज ने कितना दुध कीता है? इह भाजी अल्लाह पाक दी जात ने दर्जा दर्जा मकाम दिते ने। जिस तरह छोटा बंदा वड्डे काम कर जांदा ता वड्डा बंदा छोटे काम करदा है, इस तरह अल्लाह पाक ने इन्हां नूं भी मुख्तलिफ मकाम दिते ने कि छोटियां मई वड्डे काम करदियां ने ते वड्डियां मई छोटे काम करदियां। अगर तुसीं किसी मज इक दा अपने कोल कंडे दे दुद्ध चाड़े होए ते सब नाल ज्यादा कितना होया? भाजी मैं अपनी ग्वाल दे विच ना कोई बोस्टन ते ना कोई मिर्च मसाला दे के अच्छियां मई कोलों माशाला पंजी पंजी छब्बी छब्बी सताई सताई किलो दुद्ध मैं अपने माल दे विच चोया वे। मई फिर के मतलब माल दे विच मतलब ना कोई एक्स्ट्रा वंडा, ना कोई एक्स्ट्रा वंडा ते ना कोई बोस्टन। बोस्टन ते बोस्टन नु ते मैं गुनाह समझदा जे भाजी कबीरा गुनाह जिनु कहंदे ने। अच्छा अच्छा, कोई बंदा अज दे दिन तक साबित कर देवे कि मैं बोस्टन इस्तेमाल कीता है ते मैं ओनु मुंह मंगिया नाम देंगा। जबरदस्त, मतलब है कि अच्छा जानवर नस्ली जानवर। हां जी 26 27 लीटर दूध दे सकदा है। अल्लाह दे हुक्म ना भाजी, अल्लाह दे हुक्म ना को दर्जना मई दर्जना, ये नहीं कोई दो चार दस दर्जना मई मैं 26 26 27 27 किलो दूध मई थलो चुनना वा। अच्छा अच्छा दसया जाए कि एक एक जानवर पीक दे उत्ते किन्ने महीने दूध दंदा? मतलब जिस तरह है कि कुछ जानवर 20 दिन बाद कुछ महीने बाद उन्ने नहीं भाजी है एवे गलत गल्लां ने डेढ़ महीने बाद दूध ते आंदा है ते किन्ने अरसा जे फैसला बाद दा साडा भरा सी ओ लीली दी मैं उनु बड़ा बुरा भला कहंदिया सी ते मैं उनु कहना अपने दिल च कहया कि मैं कह अल्लाह रे बंदा केड़ा गलत काम करना पिया मैं तेनु अल्लाह पाक ने एडा मुकाम दिता है तू नीली दे तुही ना कर यार तेरी मेहरबानी। अल्लाह पाक अपने हथी ना अज तक दिन तक मैं वेख के मैं नवे दुध कराई है ना मैं कदी इन्नी गौर कीती है केड़ी हो गई ते केड़ी नहीं हुई ਤੇ ਗਵਾਲ ਦੇ ਵਿੱਚ ਅੱਲਾਹ ਦੀ ਪਾਕ ਦੀ ਜ਼ਾਤ ਨੇ ਨਿਜ਼ਾਮ ਚਲਾਇਆ ਬਸ ਚੱਲਦਾ ਪਿਆ। ਅੱਛਾ ਤੇ ਇੱਕ ਹੋਰ ਸਵਾਲ ਹੈ ਕਿ ਤੁਸੀਂ ਇਹ ਦੱਸੋ ਕਿ ਜਿਹੜਾ ਮੱਝ ਸੱਡਾ ਕ੍ਰਾਸ ਕਰਦਾ ਹੈ ਸੱਡਾ ਮਤਲਬ ਇਹ ਕਿੰਨੇ ਪਰਸੈਂਟ ਸੱਡਾ ਬੱਚਾ ਆਪਣੇ ਤੇ ਖੜਦਾ ਹੈ ਤੇ ਮਾਂ ਤੇ ਕਿੰਨੇ ਪਰਸੈਂਟ ਜਾਂਦਾ ਹੈ? ਮੇਰੇ ਖਿਆਲ ਦੇ ਨਾਲ ਤੇ ਭਾਜੀ ਕੋਈ 60% ਮਾਂ ਤੇ ਜਾਂਦਾ ਤੇ 40% ਆਪਣੇ ਪਿਓ ਤੇ ਜਾਂਦਾ, ਬਾਪ ਤੇ ਜਾਂਦਾ। ਹਾਂਜੀ ਠੀਕ ਹੈ, ਤੇ ਸੱਡੇ ਦੀ ਸਿਲੈਕਸ਼ਨ ਵਾਸਤੇ ਕਿਹੜੀਆਂ ਚੀਜ਼ਾਂ ਸਭ ਨਾਲ ਜ਼ਿਆਦਾ ਜ਼ਰੂਰੀ ਨੇ ਉਹਦੇ ਬਾਰੇ ਥੋੜਾ ਗਾਈਡ ਕਰ ਦਿਓ? ਸੱਡਾ ਚੰਗੀ ਮਹਿਰ ਪੁੱਤਰ ਹੋਵੇ ਭਾਜੀ ਬਸ, ਉਹ ਫਿਰ ਵੀ ਆਪਣੇ ਤੇ ਲਜਾਦਾ ਉਹਦਾ ਬੱਚਾ ਉਹਦੇ ਤੇ ਜਾਏਗਾ ਉਹਦੀ ਮਾਂ ਤੇ ਵੀ ਉਹ ਆਪਣੀ ਕੇੜ ਕਰੀ ਨਾ। ਹਾਂਜੀ ਉਹ ਕੇੜ ਕਰੀ ਜਾਂਦਾ ਮੱਝ ਨੂੰ ਸਾੜੇ ਨਾ ਮੱਝ ਨੂੰ ਨਵੇਂ ਦੁੱਧ ਕਰਵਾਉਣ ਵਾਸਤੇ ਉਹਦੀ ਚਾਹੀਦੀ ਖਸੂਸੀ ਜ਼ਿਆਦਾ ਹੋਣੀ ਚਾਹੀਦੀ ਹੈ। ਮੱਝ ਕਰਦਾ ਮੱਝ ਨੂੰ ਸਾੜੇ ਨਾ, ਮੱਝ ਕੋਈ ਪਾ ਵਧੇ ਹੀ ਵਧੇ ਨਾ ਤੇ ਉਹਨਾਂ ਦੁੱਧ ਕਰਦੀ ਰਵੇ। शौक रखन झोटा विच अच्छा रखन जी जी ते नीली दी मज ते नीली दा झोटा होवे ना जी जी पर हाल इत्थे जम के भी इत्थे पैदा होके कोई ना कोई रंग जरूर दिखाएगा। जबरदस्त जबरदस्त, देखो ना जेड़ा उत्थे मकाम है ना जी जी अल्लाह दी जात पाक ने हर वंड वखो वख दित्ती है जी जी। सेब किधरे बन रहा है जी जी, केला किधरे बन रहा है, खजूर किधरे बन रही है, मालिक दी अदा है ना जी जी। ते बहरहाल नीली दी मज ते नीली दा संडा होवेगा ना जी जी, उन्हां नूं इत्थे लिया के अच्छे तरीके नाल शौक नाल पालन गे सामन गे तो अच्छा रिजल्ट देगा। जबरदस्त जबरदस्त, मलिक साहब साहब बात जी, मलिक साहब तुसी की मैसेज देना चाहोगे? मैं तो जी नवे शिकारियों ने मैसेज देना चाहवांगा अच्छा संडा जी जी ते जानवर दे बच्चे जरूर पालने ने, बच्चियां नाल कमाई है जी, बच्चियां नाल ना है जी, अच्छी माज दा जिहड़ा बीमार नहीं होना चाहिए, अच्छा वधनी चाहिए माज। इंशाल्लाह अल्लाह देखो ना मेरे को ऐसी ऐसी मई ने जिन्हां दे 10 10 जवाक मेरे को इकली इकली मैं मौजूद ने। अच्छा हाँ जी, कटिया उन कटे उन? हाँ जी बिल्कुल, कटी कटे का कोई फर्क नहीं जी। अच्छा कटिया नालों भी अच्छे कटे ने आजकल। जबरदस्त जबरदस्त, थोड़ा मैसेज है सारे दोस्तों नु कि अगर तुसी अपने फार्म दे उते बच्चे नहीं पालोगे तो तुसी मुनाफा बख्श डेयरी फार्मर नहीं हो सकते, नहीं हो सकते ना, तुसी शौकीन हो सकते हो तो ना ही कारोबारी हो सकते। बिल्कुल
बच्चे अच्छे पालो, मुनाफा कमाओ, जानवर दुआव लवो, हाँ जी, खुद भी खुश होवो। हाँ जी बिलकुल, बहुत शुक्रिया जी। उस्ताद खिंडा साहब जी, ਨਾਜ਼ਰੀਨ ਨੂੰ ਔਰ ਨਵੇਂ ਆਉਣ ਵਾਲੇ ਫਾਰਮਰਸ ਨੂੰ ਕੀ ਪੈਗਾਮ ਹੈ ਤੁਹਾਡਾ? ਮੇਰਾ ਜੀ ਇਹੋ ਪੈਗਾਮ ਹੈ ਕਿ ਚੰਗੀ ਮਹਿ ਲਵੋ ਜੀ ਜੀ, ਤੇ ਦਿਲ ਲਾ ਕੇ ਕੰਮ ਕਰੋ, ਅੱਗੋਂ ਨਫਾ ਨੁਕਸਾਨ ਤੇ ਮੇਰੇ ਰੱਬ ਦੀ ਜ਼ਾਤ ਕੋਲੇ ਜੀ ਜੀ, ਤੇ ਮੈਂ ਚੰਗੀ ਲਵੋ ਇਨਸ਼ਾਅੱਲਾ ਅੱਲਾ ਪਾਕ ਦੇ ਹੁਕਮ ਨਾਲ ਕਿਤੇ ਤੁਹਾਨੂੰ ਹਾਰ ਨਹੀਂ ਹੋਵੇਗੀ। ਜੇ ਚੰਗੀ ਮੱਝ ਲਵਣਗੇ ਫਿਰ ਨੁਕਸਾਨ ਤੇ ਉਹ ਭਾਜੀ ਉਹ ਵਕਤੀ ਤੌਰ ਤੇ ਥੋੜੀ ਜਿਹੀ ਤਕਲੀਫ ਹੁੰਦੀ ਏ। ਨਹੀਂ ਨੁਕਸਾਨ ਤਾਂ ਨਹੀਂ ਹੁੰਦਾ, ਫਿਰ ਤਾਂ ਫਾਇਦਾ ਹੀ ਫਾਇਦਾ। ਚੰਗੀ ਵਕਤੀ ਤੌਰ ਤੇ ਪੈਸੇ ਭਰਨ ਲੱਗਿਆ ਥੋੜੀ ਤਕਲੀਫ ਹੁੰਦੀ ਏ ਜੀ ਜੀ, ਤੇ ਮਹਿੰਗਾ ਇੱਕੋ ਵਾਰ ਸਸਤਾ ਬਾਰ 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 ਬਾਰ, ਜ਼ਬਰਦਸਤ ਜ਼ਬਰਦਸਤ। ਹਾਂਜੀ ਬਿੱਲੂ ਗੁੱਜਰ ਸਾਹਿਬ ਦਾ, ਬਿੱਲੂ ਗੁੱਜਰ ਸਾਹਿਬ ਦਾ ਜੀ ਮੈਸੇਜ ਹੈ ਕਿ ਜਾਨਵਰ ਜਦੋਂ ਵੀ ਲਵੋ, ਚਾਹੇ ਜ਼ਿਆਦਾ ਜਾਨਵਰ ਲਵੋ ਚਾਹੇ ਥੋੜੇ ਲਵੋ, ਕੁਆਲਿਟੀ ਵੇਖ ਕੇ ਲਵੋ, ਚੰਗੀ ਸ਼ੈ ਲਵੋ। ਬਿਲਕੁਲ ਜੀ, ਤੇ ਆਉਣ ਵਾਲੇ ਤੁਹਾਡੇ ਕੋਲ ਜਿਹੜੇ ਆਉਣ ਵਾਲੇ ਬੱਚੇ ਨੇ ਉਹ ਵੀ ਚੰਗੇ ਹੋਣਗੇ, ਜਾਨਵਰ ਦੁੱਧ ਵੀ ਅੱਛਾ ਦੇਵੇਗਾ, ਪਰਫਾਰਮ ਵੀ ਅੱਛਾ ਕਰੇਗਾ। ਅੱਲਾ ਲੂ, ਅਗਰ ਤੁਹਾਨੂੰ ਸਾਡੇ ਨਸੀਬਾਂ 'ਚ ਨੁਕਸਾਨ ਨਹੀਂ ਤੇ ਅੱਛਾ ਜਾਨਵਰ ਕਦੀ ਨੁਕਸਾਨ ਨਹੀਂ ਕਰਦਾ, ਅੱਲਾ ਪਾਕ ਦੇ ਹੁਕਮ ਨਾਲ। ਬਹੁਤ ਸ਼ੁਕਰੀਆ ਜੀ, ਜਜ਼ਾਕ ਅੱਲਾ।